ਅੱਜ ਅਸੀਂ ਮੌਜੂਦ ਆ 111 ਮਹਾਰਾਲ ਦੇ ਅੰਦਰ ਸਿੱਖਾਂ ਲਈ ਇਹਨੂੰ ਕਿਹਾ ਜਾਂਦਾ ਵਾ ਬਾਬਾ ਖੁਸ਼ੀ ਸਾਹਿਬ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਨੂੰ ਪੁੱਛਾਂਗੇ ਇੰਡੀਆ ਦੇ ਵਿੱਚੋਂ ਇਹ ਕਿੱਦਾਂ ਆਏ ਕਿਹੜੇ ਜ਼ਿਲ੍ਹੇ ਚੋਂ ਆਏ ਇਹਨਾਂ ਦੀ ਮੁਕੰਮਲ ਹਿਸਟਰੀ ਜਿਹੜੀ ਉਹ ਜਾੜੇ ਪਏ ਨੇ ਉਹਦੀ ਦਾਸਤਾਨ ਅਸੀਂ ਪੁੱਛਾਂਗੇ ਅਸਲਾਮੁਅਲੈਕਮ ਜੀ ਵਅਲੈਕੁਮ ਅਸਲਾਮ ਬਾਬਾ ਜੀ ਤੁਹਾਡਾ ਜ਼ਿਲ੍ਹਾ ਕਿਹੜਾ ਸੀ ਇੰਡੀਆ ਦੇ ਵਿੱਚ ਸਾਡਾ ਜ਼ਿਲ੍ਹਾ ਸੀ ਚਨਾਰ ਅਫਰੋਜਪੁਰੋ ਤਹਿਸੀਲ ਅਫਰੋਜਪੁਰੋ ਤਹਿਸੀਲ ਕਿਹੜੀ ਸੀ ਤਸਦੀਦ ਜਿੱਤੇ ਹੁਣ ਅਸੀਂ ਉੱਠ ਗਏ ਆਂ ਕਾਕੋ ਵਾਲੇ ਉੱਥੇ ਦੇ ਤਸਦੀਲੇ ਫਰੋਪੋ ਦੀ ਸੀ ਦੀ ਉੱਥੇ ਚਾਰ ਕੋਮੀਲ ਦੇ ਫਾਸਲ ਦੇ ਫਰੋਪੋ ਸ਼ੈਸ ਨਾ ਤੇ ਪਿੰਡ ਤੁਹਾਡਾ ਕਿਹੜਾ ਸੀ ਪਿੰਡ ਕਾਕੋ ਵਾਲਾ ਤੇ ਪਿੰਡ ਦੇ ਅੰਦਰ ਕੋ ਸਿੱਖਾਂ ਦੇ ਘਰ ਵੀ ਹੈਗੇ ਸੀ ਪਿੰਡ ਦੇ ਵਿੱਚ ਚੂੜਿਆਂ ਦੇ ਸੀਦੇ ਤੇ ਦੋ ਘਰ ਸਿੱਖਾਂ ਦੇ ਤੇ ਖਾਣਾ ਦੇ ਅੱਛਾ ਬਾਕੀ ਜਿੰਨੇ ਵੀ ਹੈਗੇ ਸਾਰੇ ਮੁਸਲਮਾਨ ਸੀ ਤੇ ਰਾਖੀ ਹੋ ਹੂੰ ਉਹ ਪਿੰਡ ਸਿੱਖਾਂ ਦਾ ਸੀਦਾ ਹਿੰਦੂ ਸੀਦੇ ਠਾਕਰ ਸੀਦੇ ਹੋ ਜਿਹਨਾਂ ਪਿੰਡ ਸੀਦੇ ਸਾਰੇ ਬਿਰਾਗ ਸੀਦੇ ਉਹ ਉੱਥੇ ਵਾਈ ਕਰਦੇ ਸੀ ਸਾਰੇ ਸਾਰੇ ਮੁਸਲਮਾਨ ਸੀ ਉਹਨਾਂ ਨੇ ਇੱਥੋਂ ਤੱਕ ਇਜਾਜ਼ਤ ਦਿੱਤੀ ਸੀ ਜਗ੍ਹਾ ਦਿੱਤੀ ਸੀ ਆਪਦੇ ਕੋਲ ਤੋਂ ਆ ਬਾਬੇ ਇੱਥੇ ਮਸਜਿਦ ਬਣਾਓ ਸਾਡੇ ਬੰਦਿਆਂ ਨੇ ਉੱਥੇ ਮਸਜਿਦ ਬਣਾਈ ਆ ਮੈਂ ਉਸ ਮਸਜਿਦ ਪਰਦਾ ਲਿਆ ਮੈਂ 9 ਸਾਲ ਦਾ ਜਦੋਂ ਦੋਸਤਾਂ ਤੋਂ ਆਏ ਆ ਅੱਛਾ ਅੱਜਾ ਤੇ ਇਹਨੇ ਕੁਦਰਤ ਦੇ ਕੰਮ ਜਦੋਂ ਮੌਕਾ ਆ ਗਿਆ ਉਹਨਾਂ ਨੇ ਸਕੂਲ ਹੈਗੇ ਸੀ ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈ ਸੀ ਕੋਈ ਪਿੰਡ ਦੇ ਵਿੱਚ ਸਕੂਲ ਪਿੰਡ ਜਲੀ ਸੀ ਗਾਂ ਮਸਜਿਦ ਹੈ ਜੀ ਸੀ ਮਸਜਿਦ 'ਚ ਬੱਚੇ ਪੜ੍ਹ ਜਾਂਦੇ ਸੀ ਸਕੂਲ ਨਾਲ ਮੁਕਵਾਲਾ ਪਿੰਡ ਸੀ ਪਠਾਣਾ ਦਾ ਅੱਛਾ ਮੁਸਲਮਾਨਾਂ ਦਾ ਹਾਂਜੀ ਉੱਥੇ ਸਕੂਲ ਸੀ ਉੱਥੇ ਬੱਚੇ ਪੜ੍ਹ ਜਾਂਦੇ ਸੀ ਦੇ ਜਦੋਂ ਜਦੋਂ ਉਹ ਜਹਾੜੇ ਪਏ ਆ ਹਾਂ ਉਹ ਤੋਂ ਤੁਹਾਨੂੰ ਤਲਾਕ ਕਿੱਦਾਂ ਹੋਈ ਆ ਕਿ ਉਹ ਜਹਾੜੇ ਪਏ ਸਾਰੇ ਪਿੰਡ ਚ ਦੁਨੀਆ ਤੇ ਰੌਲਾ ਪੈ ਗਿਆ ਸੀ ਦਾ ਬੇਗੈਸੇ ਕਹਿੰਦਾ ਉਹਨਾਂ ਨੂੰ ਤਲਾਕ ਦੀ ਕਿਹੜੀ ਗੱਲ ਹੈਗੀ ਸਾਰੀ ਦੁਨੀਆ ਤੇ ਰੌਲਾ ਪਿਆ ਉਸਦਾ ਉਜੜੇ ਬੰਦੇ ਸੀ ਮੈਂ ਕਿ ਹੋਰ ਤੁਹਾਨੂੰ ਗੱਲ ਦੱਸਣ ਲੱਗਾ ਮੇਰੇ ਬਾਪ ਦੇ ਮਾਸੀ ਦੇ ਪੁੱਤ ਕੜਾਏ ਵਾਲੇ ਸੀ ਦੇ ਉਹ ਵੀ ਫਿਰੋਜ਼ਪੁਰ ਜੀ ਆ ਉਹ ਕੜਾਏ ਵਾਲ ਤੇ ਆਪਣੀ ਜ਼ਮੀਨ ਉਹਨਾਂ ਖਰੀਦੀ ਸੀ ਤੇ ਉੱਥੇ ਵਿੱਚ ਉਹਨਾਂ ਡੇਰਾ ਬਣਾਇਆ ਸੀ बस्ती ਬਣੀ ਸੀ ਛੋੜੀ ਜੀ ਤੇ ਉੱਥੇ ਸੀ ਤੇ ਉਹ ਜਦੋਂ ਉਜੜੇ ਨਾ ਮਖੂ ਦਾ ਠਾਣਾ ਵੱਜਦਾ ਇੱਕ ਉੱਥੇ ਹਿੰਦੂ ਸੀ ਦਾ ਕਾਫਰ ਬੰਦਾ ਜਿਹੜਾ ਬਠਾਉਂਦਾ ਸੀ ਉਹਨਾਂ ਦੁਨੀਆ ਬਠਾਈ ਗਈ ਬਠਾਈ ਤੇ ਮਗਰ ਦੁਨੀਆ ਸਦ ਲਈ ਪਿਉੜੇ ਸੇਕ ਕਾਲ ਸੇ ਪਾਦੇ ਉਹਨਾਂ ਨੂੰ ਮਾਰਨ ਵਾਸਤੇ ਉਥੇ ਕੈਂਪ ਲੱਗਾ ਸੀ ਬਹੁਤ ਵੱਡਾ ਮਗਰ ਲੋਕਾਂ ਨੂੰ ਪਤਾ ਲੱਗ ਗਿਆ ਤੇ ਲੋਕ ਇਕੱਠੇ ਭਜਣ ਲੱਪੇ ਨਾ ਦੀ ਨਹਿ ਜਾਂਦੀ ਸੀ ਦੀ ਇੰਨੀ ਦੁਨੀਆ ਹੋ ਗਈ ਵੱਢਣ ਲੱਪੇ ਮਾਰਨ ਲੱਪੇ ਉਹਦੇ ਵਿੱਚ ਪੁਲ ਬੰਦ ਹੋ ਗਿਆ ਨਹਿ ਟੁੱਟ ਗਈ ਯਾਨੀ ਉਥੇ ਦੁਨੀਆ ਮਖੂ ਤੇ ਨੇ ਮਰੀਆ ਉਥੇ ਇੱਕ ਮੇਰੇ ਬਾਬ ਦਾ ਮਾਸੀ ਦਾ ਪੁੱਤ ਵੀ ਭਲਾਵੇਂ ਮਰਿਆਗਾ ਉਹਦੇ ਕੋਲ ਉਸ ਵਕਤ ਤੇ ਬੱਚਿਆਂ ਨੂੰ ਪਹਿਲੇ ਹੀ ਵੰਡ ਲੈਦੀ ਮੁੰਡਾ ਤੈਨੂੰ ਭਲਾਤਾ ਕੁੜੀ ਤੈਨੂੰ ਭਲਾਤੀ ਆਉ ਨੂੰ ਭਲਾਤੀ ਐਸ ਮੁੰਡੇ ਦੀ ਮਾਂ ਉਹਦੇ ਕੋਲ ਫੜੀ ਸੀ ਉਹ ਜਦੋਂ ਨੰਗਾ ਲੱਗੇ ਪੁੱਕ ਪੁੱਲ ਤੋਂ ਉੱਥੇ ਸਿੱਖ ਬੈਠੇ ਸੀ ਉਹ ਉਹਨੂੰ ਪੈਸੇ ਲਈ ਜਾਣਾ ਥੋੜੇ ਜਾਂਦਾ ਜੇਬ ਚ ਪਾ ਦੇਣ ਚੋੜ ਦੇ ਨਾਲੇ ਪੈਸੇ ਖੜੇ ਸੀ ਉਹ ਮਾਰੀ ਜਾਂ ਬੰਦਿਆਂ ਨੂੰ ਤੇ ਪੈਸੇ ਲਈ ਜਾਣਾ ਉਹਨਾਂ ਬੱਚੇ ਵੱਢ ਗਏ ਹੋਰ ਦੂਸਰੇ ਕੋਲ ਮਾਈ ਸੀ ਸਿਆਣੀ ਉਹਨੂੰ ਪੜਾਉਂਦੀ ਇੱਕ ਉਹਨਾਂ ਦੇ ਬੱਚੇ ਆਉਂਦੇ ਸੀ ਉਹਨੇ ਮਾਈ ਬੜੀ ਨੂੰ ਕਿਸੇ ਨੇ ਵੀ ਕੁਝ ਗਿਆ ਬੰਦਿਆਂ ਨੂੰ ਫਿਰ ਉਹ ਬੰਦੇ ਵੀ ਨੰਗਣ ਲੱਗੇ ਤੇ ਮੇਰਾ ਬਾਪ ਮਾਸ਼ਾਅੱਲਾ ਦਲੇਰ ਬਾਸੀ ਸਾਡੇ ਬੰਦੇ ਜਿੰਨੇ ਵੀ ਸੀ ਉਹਦੇ ਮਾਮੇ ਦੇ ਪੁੱਸੇ ਸਾਰੇ ਦਲੇਰ ਸੀ ਦੰਦੇ ਸੀ ਤੇ ਬਰਸ਼ੀਆਂ ਸਾਰਿਆਂ ਦੀਆਂ ਪਹਿਲੇ ਹੀ ਬਣਾਈਆਂ ਇਹ ਰੌਲਾ ਪੈ ਗਿਆ ਸੀ ਪਹਿਲੇ ਹੀ ਪਿੰਡ 'ਚ ਬਣਾਈਆਂ ਉਹਦੀਆਂ ਬਰਸ਼ੀਆਂ ਕੋਲ ਸਾਰਿਆਂ ਦੇ ਹੀ ਜਦ ਨੰਗਲ ਲਗੇ ਤੇ ਕੋ ਇਧਰ ਵੀ ਸੇਖ ਹਤੇ ਇਧਰ ਵੀ ਸੇਖ ਹਤੇ ਚੂੜੇ ਸਾਰੇ ਜੋਂਦੇ ਤੇ ਪੈਂਡ ਕੋਣ ਕੋਣ ਗਏ ਲੁੱਟਣ ਵਾਸਤੇ ਛੜਦੇ ਗੱਡਾ ਫਰਾਨੀ ਹੋ ਗਈ ਢੀਬੀ ਮੇਰੇ ਵੇਖਣ ਦੀ ਗੱਲ ਆ ਮੈਂ ਗੱਡੇ ਦੇ ਉੱਤੇ ਭਾਇਆ ਸੀਦਾ ਹੋਰ ਵੀਨੇ ਵਾਲੇ ਗੱਡੇ ਉੱਤੇ ਭਾਇਆ ਸੀਦੇ ਕੋਏ ਸੀਦੇ ਤੇ ਮੈਂ ਉੱਠ ਕੇ ਖਲਾ ਵੇਂਦਾ ਸੀਦਾ ਇੱਕ ਸੇਖ ਆਇਆ ਉਹ ਡਾਗੋ ਉਹਦੇ ਕੋਲ ਤਲਵਾਰ ਉਹ ਇੱਕ ਘੌਂਦਾ ਘੌਂਦਾ ਤੇ ਮੇਰੇ ਕਿ ਚਾਚਾ ਜਿਹਾ ਲੱਗਦਾ ਸੀ ਮੇਰੇ ਬਾਗ ਦਾ ਮਾਮੇ ਦਾ ਪੁੱਤ ਉਹ ਅੱਗੇ ਅੱਗੇ ਭੱਜ ਜਾਂਦਾ ਸੜਕ ਤੇ ਤੇ ਪਿੱਛੋਂ ਮੇਰਾ ਭਰਾ ਮੇ ਤੋਂ ਵੱਡਾ ਹੁਣ ਫੌਤ ਹੋ ਗਿਆ ਨੂਰਮੰਦੋ ਦਾ ਨਾ ਸੀ ਤੇ ਉਹਨੇ ਉਹ ਡਾਂਗ ਮਾਰੀ ਉਹਦੇ ਵੀ ਇਹ ਮੇਰੇ ਚਾਚੇ ਦੇ ਮਾਰੂਗਾ ਤੇ ਉਹਨੇ ਮਾਰੀ ਤੇ ਅੱਲਾ ਵਾ ਕੀ ਪੁੜੀ ਪੁੜੀ ਤੇ ਜੋ ਪੁੜੀ ਪੁੜੀ ਲੱਗੀ ਡਾਂਗ ਸਾਮਵਾਈ ਡਾਂਗ ਸੀ ਤੇ ਥੱਲੇ ਪਾਣੀ ਸੀ ਦਵਾਰ ਸ਼ਾਮ ਦੀਆਂ ਸੀ ਨੀਆਂ ਉਹ ਡਿੱਗਾ ਉਹ ਜਦੋਂ ਡਿੱਗ ਪਿਆ ਨਾ ਉਹਨੇ ਮੁੜ ਕੇ ਵੇਖਿਆ ਖੜਕਾਹ ਤੇ ਪਿੱਛੇ ਮੁੜ ਕੇ ਉਹਨੇ ਮੁੜ ਤੁਰ ਦਿੱਤੀ ਉਹ ਥਾਂ ਦੇ ਮਰ ਗਿਆ ਸੇਖਾ गल करते करते, करते माल मूल तो खुस गया गड्ढे भी खुस गए जी ले निकल औ गिंदू रह आया दुकानदार नाम की नाम दा, नाम दा की को पता हिंदू का नीर ऐसा नाम सिद्धा कौ अच्छा पिंड बंद मिलने वास्त बार बार शहर से खड़ा ਕੁਝ ਬੰਦੇ ਉੱਥੇ ਖੜੇ ਪਟੀਆਂ ਬਨ ਲਾਉਣ ਵਾਸਤੇ ਗਵਾਈਆਂ ਸੱਟਾਂ ਲਗੀਆਂ ਦੇ ਤੇ ਉਹ ਉਹ ਖਤਰੀ ਨੇ ਮੇਰੇ ਬਾਪ ਨੂੰ ਦੱਸਿਆ ਵੀ ਫਲਾਣੇ ਬੰਦੇ ਦੀ ਧੀ ਆ ਫਲਾਣੇ ਜਗ੍ਹਾ ਤੇ ਫੜ ਲਈ ਕਿਸੇ ਨੇ ਮੇਰਾ ਬਾਪ ਉੱਥੋਂ ਮੁੜ ਪਿਆ ਪਿਆਨੂ ਡਾਂਗ ਚੱਗ ਲਈ ਉੱਥੋਂ ਡਾਂਗ ਉੱਤੇ ਢੁਪਟੇ ਲੱਗੇ ਬਾਹਰ ਸੱਟਾਈ ਜਾਂਦੇ ਸੀ ਤਾਂ ਆ ਜਦ ਡਾਂਗ ਚੱਗ ਲਈ ਮੁੜ ਪਿਆ ਹਦਕੋ ਧੀ ਕਿਸੇ ਹੋਰ ਦੀ ਲੇਕਿਨ ਮੁਸਲਮਾਨ ਦੀ ਆਏ ਹੇ ਇਹ ਉਹ ਹੋਰ ਤਾਂ ਹੋਦੀ ਸੀ ਦੀ ਉਹ ਮੁਸਲਮਾਨ ਦੀ ਸੀ ਦੀ ਤੇ ਮੁੜਿਆ ਪਿਛਾ ਮਾਰ ਕੇ ਅਗਲੇ ਪਾਸੇ ਮੁੰਡਾ ਹੋਵੇ ਇੱਕ ਫੌਜੀ ਮੁਸਲਮਾਨ ਉਹ ਕਿਉਂ ਬਰੇਨ ਗਨ ਉਹ ਜਦੋਂ ਆ ਜਾਵੇ ਤੇ ਉਹ ਗੱਡੀ ਤੋਂ ਉਤਰ ਕੇ ਬਰੇਨ ਗਨ ਥੱਲੇ ਲਾ ਲਵੇ ਤੇ ਉਹ ਉਹ ਸਿੱਧੀ ਕਰ ਦਵੇ ਤੇ ਦੁਨੀਆ ਭੱਜ ਜਵੇ ਇਸ ਤਰ੍ਹਾਂ ਉਹਨੇ ਉਸ ਮੁੰਡੇ ਨੇ ਉਹਨੇ ਮੇਰੇ ਬਾਪ ਨੂੰ ਕਿਹਾ ਬਾਬਾ ਤੂੰ ਫੇਰ ਭੱਜਾਉਣਾ ਤੇ ਰਜੀਤ ਸਾਹਿਬ ਤੂੰ ਲੈ ਗਿਆ ਤੇ ਮੈਂ ਵੇਲਾ ਕੱਲਾ ਮੇਕ ਤੇ ਮੱਥੇ ਥਲੇ ਹਾਂ ਤਾਂ ਦੇਖਦਾ ਉੱਤਲੇ ਨੂੰ ਵੀ ਦਸਨੇ ਕੋਈ ਮੇਰੇ ਫੈਲ ਮਾਰੂਗਾ ਤੇ ਇਨੇ ਤੇ ਵੀ ਜਾਉ ਤੇ ਇਸ ਦੇ ਬਾਨੇ ਨਾਲ ਦੁਨੀਆ ਤਰੀ ਆਉਂਦੀ ਮੈਂ ਰੋਕਿਆ ਨਾ ਦਿਖਾਏਗਾ ਕੱਲਾ ਹੀ ਸੀ ਵਾਕਿਆ ਹੀ ਸਹੀ ਸੀ ਜਿਸਦੇ ਉਹਨੇ ਉਹਨੇ ਕਿ ਆ ਵੀ ਆਗਾ ਨਹੀਂ ਆ ਉਹਨੇ ਉੱਥੇ ਕੋ ਆਵਾਜ਼ ਦਿੱਤੀ ਉਹ ਪੌਜੀ ਨੇ ਬੇ ਇਥੇ ਜਾਂਦੇ ਵਿੱਚ ਬੱਚੀ ਆ ਇੱਕ ਕਿਸੇ ਮੁਸਲਮਾਨ ਦੀ ਜੇ ਛੱਡ ਦਿਆ ਹੁੰਦਾ ਚੰਗੀ ਗੱਲਾਂ ਦੇ ਤੇ ਬਾਈ ਢਾ ਦੂੰ जिससे उन्हें इनी गल कही तो तइया खबर बच्ची पिछड़ भी आई तो मेरे बाप लैके आना उ कैंप बलका अगले पास बार बार दुनिया बड़ी बेचमा उ नेता उड़ के बच्ची मात साल दिती है छे चाक चाकज बच्ची रही इतने अपने पिंड इतने घर आ मिल के गई आ मेरे माँ बाप ने पहलिया तेरह चाकज राय होंगे बू बबू ਤੁਸੀਂ ਦਲੀ ਉਹਨੂੰ ਜਾਣਦੇ ਅੱਛਾ ਤੇ ਉਹਦੀ ਉਹਦੀ ਵਾਈਫ ਹੋਈ ਕਰਦੇ ਸੀ ਉਹਦੇ ਰਿਸ਼ਤੇਦਾਰ ਤੇ ਉਹ ਬੱਚੀ ਇੱਥੇ ਉਹਨਾਂ ਕੋ ਆਉਂਦੀ ਰਹੀ ਆ ਇਹ ਇਹ ਤਾਂ ਟਾਈਮ ਤੇ ਹਾਲਾਤ ਬਹੁਤ سارے ਗੁਜ਼ਰੇ ਗਏ ਆ ਇਹਦੀ والدہ ਜਿਹੜੀ ਆ ਕੋਈ ਨਹੀਂ ਆਉਂਦੇ ਚਾਚੇ ਦੇ ਕੋਲ ਸੀ ਦੀ ਉਦੋਂ ਘਰ ਉੱਥੇ ਸ਼ਹੀਦ ਹੋ ਗਿਆ ਕਤਲ ਹੋ ਗਿਆ ਉਹ ਉਹਨਾਂ ਦੀ ਮਾਈ ਨੂੰ ਬਣਾਤੀ ਉਹ ਮਾਈ ਲੈ ਕੇ ਉਦਾਂ ਹੀ ਹੌਲੀ ਹੌਲੀ ਦਰਿਆਵਾਂ ਪਾਰ ਪਾਰ ਤੋਂ ਪਾਰ ਆ ਗਈ ਦੁਨੀਆਂ ਹੁੰਦੀ ਸੀ ਬੇਬਾਸੀ بادشاہ ਪੈਂਦੀਆਂ ਸੀ بادشاہਾਂ ਦੇ ਬਹੁਤ بادشاہ ਬਸਾਈਆਂ ਅੱਛਾ ਉਹ ਪਾਰ ਆ ਗਈ ਕਿ ਨਾ ਕਿਹਾ ਤੇ ਪਾਣੀ ਪੀਂਦੀਆਂ ਸੀ ਤੇ ਉਹ ਕੁਦਰਤੀ ਇੱਕ ਬੰਦਾ ਸੀ ਬਾਬਾ ਸਿਆਣਾ ਬੱਚੀ ਉਹਨੂੰ ਜਾਂਦੇ ਉਹਨਾਂ ਦਾ ਸਿਦਾ ਉਹਨੂੰ ਵੇਖ ਕੇ ਤੇ ਉਹਨੂੰ ਜੱਫੀ ਪਾ ਲਈ ਉਹਦੇ ਪਿੱਛੋਂ ਲੱਤਾਂ ਨੂੰ ਉਹਨੇ ਵੇਖਿਆ ਵੇਖ ਕੇ ਤੇ ਉਹ ਕੋ ਬਾ 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 ਬੱਕਰ ਦੀ ਤੇ ਗੱਲ ਵੀ ਉਹ ਕਹਿਣ ਲਗਾ ਪੁੱਤ ਘਪ ਕਰਵਾ ਆ ਮੈਨੂੰ ਪਤਾ ਲੱਗਿਆ ਤੂੰ ਉਹਨੇ ਉਥੋਂ ਬਹੁ ਭੜੀ ਤੇ ਨੇੜੇ ਉਹਦਾ ਮਾਂ ਵੀ ਹੈਗੀ ਸੀ ਪਿਓ ਵੀ ਹੈਗਾ ਸੀ ਤੇ ਦੋ ਚਾਚੇ ਵੀ ਹੈਗੇ ਸੀ ਤੇ ਉਹਨਾਂ ਉੱਜਾ ਕੇ ਦਿੱਤੀ ਉਹ ਤੇ ਉਹ ਕਹਿ ਜਾ ਕੇ ਤੇ ਉਹ ਉਹ ਵੇਲਾ ਵੀ ਪਾਕਿਸਤਾਨ ਦਾ ਇੱਕ ਉਤਲਾ ਕਰਨਾ ਤੇ ਮੇਰੇ ਬਾਪ ਦੇ ਮਾਸੀ ਦੇ ਪੋਤੀ ਦੇ ਤੇ ਮੈਂ ਮੰਗਿਆ ਸੀ ਜੰਮਦਾਈ ਉਸ ਬੱਚੀ ਨੂੰ ਉਹਦੇ ਦਾਦੇ ਨੇ ਮੰਗਿਆ ਸੀਦਾ ਘਰ ਆਣ ਕੇ ਰਿਸ਼ਤਾ ਦੇ ਗਿਆ ਇਹ ਘਰ ਦੀ ਗੱਲ ਬੀਸੇ ਜ਼ਮਾਨੇ ਪਿਛਲੇ ਦੇ ਇਦਾਂ ਦੇ ਰਿਸ਼ਤੇ ਹੋਏ ਸੀ ਹੁੰਦਾ ਭਾਲਦੀ ਪਰ ਦੀ ਦੁਨੀਆ ਲੱਭਦਾ ਹੀ ਨਹੀਂ ਅੱਲਾ ਇਦਾਂ ਦੇ ਰਿਸ਼ਤੇ ਸੀ ਬੱਚਾ ਜੇ ਬੱਚੀ ਕਿਦਾਂ ਦਾ ਵੀ ਹੋਵੇ ਜੰਮਦਾ ਹੀ ਆ ਤੇਰਾ ਬਈ ਆ ਤੇਰਾ ਬਈ ਇਦਾਂ ਸੀ ਹੁੰਦੇ ਸੀ ਦਸਮੋ ਸੀ ਅੱਛਾ ਉਹ ਫੇ ਪਾਕਿਸਤਾਨ ਜਾਈ ਇੱਥੇ ਆਣ ਕੇ ਗੱਲ ਵੀ ਮੇਰੀ ਸ਼ਾਦੀ ਉੱਥੇ ਹੋਈ ਜੀ ਜੋ ਇਹ ਬੱਚਾ ਜੰਮਿਆ ਕੁਦਦ ਦਾ ਕੰਨਾ ਉਹ ਫੌਤ ਹੋ ਗਈ। ਬਾਬਾ ਜੀ ਜਿਹੜੇ ਤੁਹਾਡੇ ਪਿੰਡ ਤੁਸੀਂ ਰਹਨੇ ਸੀਗੇ ਉੱਥੇ ਠਾਕਰ ਰਹਿੰਦੇ ਸੀਗੇ। ਉਹ ਠਾਕਰਾਂ ਦੇ ਡੇਰੇ ਸੀ ਦੋਹਾਂ ਭਰਾਵਾਂ ਦੇ ਦੋ। ਉਹਨਾਂ ਦਾ ਕਿਸੇ ਦਾ ਨਾਮ? ਹਾਂ? ਨਾਮ ਹੁੰਦਾ ਕਿਸੇ ਦਾ ਉਹਨਾਂ ਦਾ? ਇੱਕ ਨਾਲ ਖਲੀ ਬਖਤੌਰ ਸਿਉਂ ਸੀ। ਇੱਕ ਨਾਲ ਕੁਝ ਹੋਰ ਏਦਾਂ ਲੇ ਮੈਨੂੰ ਹੁਣ ਯਾਦ ਨਹੀਂ ਕਿ ਮੇਰੇ ਵਿੱਚ ਨਹੀਂ ਜਦੋਂ ਹੋ ਗਿਆ ਨਾ ਇਸ ਚੀਜ਼ ਦੀ ਗੱਲ ਵੀ ਤੇ ਗੱਲ ਵੀ ਤੇ ਉਹ ਅਫਸਰ ਸੀ ਨੇ। ਅੱਛਾ ਤਿੰਨ ਤਿੰਨ ਸਾਲ ਦੀ ਸਜ਼ਾ ਤੱਕ ਸਜ਼ਾ ਸੁਣਾ ਸਕਦੇ ਸੀ ਦੇ ਦੇ ਯਾਨੀ ਮਹਿਕਮੇ ਦੀ ਨੌਕਰੀ ਤੇ ਮੁਲਾਜ਼ਮ ਦੇ ਦੇ ਸੀ ਦੇ ਜਦੋਂ ਪਾਕਿਸਤਾਨ ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਤੇ ਆਏ ਸਭ ਤੋਂ ਪਹਿਲਾਂ ਹਾਂਜੀ ਪਾਕਿਸਤਾਨ ਦੇ ਅੰਦਰ ਕਿਹੜੀ ਇੱਥੇ ਅਸੀਂ ਆਏ ਆ ਪਹਿਲੇ ਆਣ ਕੇ ਪੱਤੋਗੀ ਦੇ ਕੋਲ ਨਾਲ ਆਸ ਪਾਸੇ ਦਾ ਚੱਕ ਉੱਥੇ ਆਣ ਕੇ ਬੈਠੇ ਸੀ ਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਉੱਥੋਂ ਜਿੱਥੇ ਲਾਣ ਕੇ ਬੈਠੇ ਤੇ ਮੇਰੇ ਨਾਨਕੇ ਸੀ ਬੈਠੇ ਗਿਆ ਉਹਦੇ ਅੱਗੇ ਬੈਠੇ ਸੀ ਮੇਰੇ ਮਾਮੇ ਦਾ ਪੁੱਤ ਇੱਕ ਗਿਆ ਉੱਥੇ ਕੋਲ ਤੇ ਉਹ ਜਾ ਕੇ ਤੇ ਕਹਿਣ ਲੱਗਾ ਮੇਰੇ ਬਾਪ ਨੂੰ ਵੀ ਤੈਨੂੰ ਉਹ ਜਜ਼ੀਆ ਉੱਥੇ ਕੋਲ ਲੈ ਜਾਣਾ ਮੁਲਤਾਨ ਜਿਸੇ ਉਥੋਂ ਭਾਈ ਗੱਡਾ ਜਬ ਜੋੜਿਆ ਇੱਕ ਗੱਡਾ ਉਹਨਾਂ ਨੇ ਪਿੰਡ ਵਾਲਿਆਂ ਨੇ ਬਹੁਤ ਦਿੱਤਾ ਸਾਡੇ ਤਾਂ ਪਿੱਛੇ ਜਾ ਗਿਆ ਨਾ ਪਿੰਡ ਵਾਲਿਆਂ ਨੇ ਦਿੱਤਾ ਜੇ ਸਿੱਖਾਂ ਦੇ ਦਿੱਤੇ ਤੈਨੂੰ ਮੈਨੂੰ ਦਿੱਤੇ ਜੇ ਉਹ ਆਵਾਰਾ ਫਿਰਦੇ ਹੁੰਦੇ ਸੀ ਤੇ ਇੱਕ ਉਹ ਆਪਣੇ ਕੋਲੋਂ ਲੈ ਕੇ ਦੁਬਾਰਾ ਗਿਆ ਤੇ ਲੈ ਕੇ ਆਇਆ ਲਿਆਣ ਕੇ ਆਣ ਕੇ ਤੇ ਇਥੋਂ ਗੱਡਾ ਜੋੜਿਆ ਗੱਡਾ ਸੀ ਕੋਲ ਤੇ ਗੱਲ ਬਸੀ ਕੀ ਚਾਤ ਨਹੀਂ ਉਲੇ ਪੁਲ ਦੇ ਉੱਤੇ ਕੋ ਆਣ ਕੇ ਇੱਥੇ ਸ਼ਾਮ ਪਈ ਇਹ ਦੇ ਰਾਤ ਗੁਜ਼ਾਰੀ ਤੇ ਕੁਦਰਤੀ ਇਸ ਪਿੰਡ ਦੇ ਵਿੱਚ ਇੱਕ ਬੰਦੇ ਸੀ ਮੇਰੇ ਬਾਪ ਦੇ ਉਹ ਰਿਸ਼ਤੇਦਾਰ ਸੀ ਦੇ ਮੈਂ ਰਹਿਮਤੁੱਲਾਹ ਕੇ ਇਸ ਪਿੰਡ ਦੇ ਵਿੱਚ ਇਸ ਪਿੰਡ ਦੇ ਵਿੱਚ ਮੈਂ ਰਹਿਮਤੁੱਲਾਹ ਕੇ ਆਹੋ ਬੱਲਾ ਤੇ ਪੀਰੂ ਛੋਟਾ ਪਹਾੜਾ ਪੁੱਤ ਸੀ ਜਿਹੜਾ ਸੀ ਉਹ 39 ਚੱਲਿਆ ਸੀ ਆਪਦੇ ਉਹਨਾਂ ਨੂੰ ਮਿਲਣ ਵਾਸਤੇ ਤੇ ਮੇਰਾ ਬਾਪ ਉਹ ਉਤੇ ਨਾਲ ਹੀ ਪੁੱਲਦੇ ਆ ਮੈਂ ਤੇਰਾ ਲੈ ਦੇ ਕਨਾਂ ਦੇ ਬੇਟਾ ਉਥੇ ਬੈਠਾ ਤੇ ਉਹ ਕੁਦਤੀ ਤੋੜਾ ਜਾਂਦਾ ਵੇਖ ਲਿਆ ਤੇ ਸਿਆਣ ਲਿਆ ਉਹਨੇ ਕਿਹਾ ਵੀ ਭਾਈ ਅਸੀਂ ਐਸਾ ਇੱਥੇ ਗਿਆਨ ਚਾਕਾ ਅਸੀਂ ਉਥੇ ਬੈਠੇ ਆ ਤੇ ਮੈਂ ਚੱਲਿਆ ਹੁਣ ਤਾਦੀ ਨੂੰ ਉਹ ਭਲਾ ਹੁਣ ਤਾਦੀ ਪਾਲੇ ਬਸ ਜਾਈ ਤੇ ਤੂੰ ਉਥੇ ਚਲਾ ਜਾਲਾ ਅਸੀਂ ਉਥੋਂ ਗੰਡਾ ਜੋੜਿਆ ਉਹ ਮੇਰਾ ਮਾ ਮੇਰਾ ਪੋਤੀ ਉਹ ਕਹਿ ਰਿਹਾ ਬਈਆਂ ਕੋਲ ਮੇਰੇ ਬਾਪ ਨੇ ਕਿਆ ਵੀ ਨਹੀਂ ਰਿਸ਼ਤੇਦਾਰੀ ਆਪ ਕੋ ਹੋਲ ਨਹੀਂ ਚੰਗਾ ਉਹ ਥੋੜੇ ਫਾਸਲਾ ਹੋਣਾ ਚਾਹੀਦਾ ਸਾਡੇ ਨਾਨਕੇ ਸੀ ਉਹ ਅੱਛਾ ਅਸੀਂ ਉਥੋਂ ਆਹ 10:00 ਚੱਕੇ 10:00 ਤੋਂ 12:00 12:00 ਵਜੇ ਸਰਕ ਪੈ ਕੇ ਇੱਥੇ ਆਣ ਕੇ ਇੱਥੇ ਘਰ ਸੀ ਕਿ ਉਹਨਾਂ ਦਾ ਪਟਵਾਲੀਆਂ ਆ ਜਾ ਬਾਈਦਾਗਾ ਉੱਥੇ ਜਾਣ ਕੇ ਰਾਤ guzariਏਗੀ ਜੇ ਤੁਸੀਂ ਇੱਥੇ ਪਿੰਡ ਦੇ ਵਿੱਚ ਆਏ ਹੋ ਇਸ ਪਿੰਡ 'ਚ ਤਕਰੀਬਨ ਕਿੰਨੇ ਘਰ ਸੀ ਉਦੋਂ ਆਬਾਦ ਬਾਬਾ ਕਾ ਸੀਦੇ ਅੱਛਾ ਬਾਤ ਹੋ ਗਈ ਸੀ ਆ ਗਏ ਉਹ ਜਿਹੜਾ ਵੀ ਬਾਬਾ ਸੀ ਤੇ ਬਾਕੀ ਪੁੱਤਾਂ ਦੇ ਵੀ ਬਾਬਾ ਸੀ ਸਾਸੀ ਪਿੰਡ ਜਿਸੋਂ ਵੇ ਲੋਕਾਂ ਨਾਲੋਂ ਲੇਟ ਆਏ ਆ ਸਾਨੂੰ ਜ਼ਮੀਨ ਵੀ ਪੰਜ ਕਿੱਲੇ ਮੇਰੇ ਮਿਲੇ ਸੀ ਤੇ ਉਹ ਬੰਦੇ ਤੈਨੂੰ ਮਹਿਮਾਖ ਵੇਖ ਕੇ ਦਿੱਤੇ ਸੀ ਮੁੜ ਕੇ ਸਾਡੇ ਤਿੰਨ ਰਹਿ ਗਏ ਉਹ ਭਰਾ ਮੇਰਾ ਵੱਡਾ ਜਿਹੜਾ ਸੀ ਵੱਡਾ ਸੀ ਮੇਰੇ ਤਾਏ ਦਾ ਪੁੱਸਦਾ ਰਸਤੇ ਦੇ ਅੰਦਰ ਜੇ ਤੁਸੀਂ ਆ ਰਹੇ ਸੀ ਹਿਜਰਤ ਕਰਕੇ ਉੱਥੋਂ ਨਿਕਲੇ ਇੰਡੀਆ ਜੋ ਜਦੋਂ ਪਿੰਡ ਛੱਡ ਕੇ ਰਸਤੇ ਹੀ ਤੁਸੀਂ ਕਤਲਗਾਰ ਤੇ ਵੇਖੀ ਉਹ ਹੋਏ ਵੇਖੀ ਜਿਹੜੀ ਫਲੋਦ ਪੋਦ ਦੇ ਵਿੱਚ ਸ਼ੋਣੀ ਦੇ ਵਿੱਚ ਸ਼ਹਿਰ ਦੀ ਨੰਗੇ ਆ ਉਹ ਕਤਲਗਾਰ ਤੁਸੀਂ ਦੀ ਉੱਤੇ ਮਰੇ ਪੈਸੇ ਪਾਸੇ ਤੇ ਬਿਗਲੇ ਬਿਗਲੇ ਪਾਸੜ ਕਾ ਲੈ ਉੱਤੇ ਪੈਸੇ ਸਾੜ ਕਾ ਪਾਸੇ ਕ ਬੰਦੇ ਪੈਸੇ ਡੰਗਲ ਮਰੇ ਪੈਸੇ ਗੋਲੀਆਂ ਬੱਜੀਆਂ ਸਦੀਆਂ ਬੰਦੇ ਮਰੇ ਪੈਸੇ ਕਿੰਨੇ ਚੱਕਲੇ ਸੀ ਤੇ ਉਹ ਪਾਇਆ ਸੀ ਉੱਥੇ ਸੜਕਾਂ ਤੇ ਇੱਧਰ ਲੈ ਇੱਧਰ ਲੈ ਇੱਧਰ ਇੱਧਰ ਬਿਨ ਜੋ ਪਿੰਡ ਦਾ ਸਾਰਾ ਪਿੰਡ ਗਿਆ ਪਿੰਡ ਦਾ maal ਸੀ ਸਾਦ ਆਲ ਮਿਲ ਮਿਲਣ ਜਾਂਦੀ ਸੀ ਆ ਪੱਕੀ ਸੜਕ ਜਾਂਦੀ ਸੀ ਮੋਗੇ ਵੱਲੋਂ ਪਹਨੂ ਉਹਦੇ ਇੱਧਰ ਦੇ ਪਾਸੇ ਖਾਲੀ ਜਗ੍ਹਾ ਸੀ ਉਹ ਸਾਰਾ maal ਉੱਥੇ ਲੱਖਾਂ ਦੇ ਹਿਸਾਬ ਨਾਲ maal ਲੰਘ ਜਾਂਦਾ ਸੀ ਬਜਾਅ ਰੱਖੋ ਤੁਸੀਂ ਕਾਫਲੇ ਦੀ ਸੂਰਤ ਚਾਏ ਸੀ ਕਿ ਕੱਲੇ ਆਏ ਸੀ ਹੈ ਤੁਸੀਂ ਕਾਫਲੇ ਦੇ ਨਾਲ ਆਏ ਸੀ ਕਿ ਇਕੱਲੇ ਹੀ ਆਏ ਸੀਗੇ ਇੱਥੇ ਜਾਣ ਕੇ ਕਿ ਕਾਫਲਿਆਂ ਜੀ ਆਏਗਾ ਉਹ ਪਿੱਛੋਂ ਦਾ ਇਕੱਲੇ ਇਕੱਲੇ ਆਏ ਸੀ ਤੇ ਉਹ ਇਕੱਲੇ ਇਸ ਤਰ੍ਹਾਂ ਹੋਏ ਸੀ ਪਿੰਡੋਂ ਪਿੰਡੋਂ ਇਕੱਠੇ ਤੁਰਿਆ ਮੇਰੇ ਬਾਪ ਦੇ ਲੋ ਮਾਮੇ ਦੇ ਪੁੱਤ ਜਿਹੜੇ ਗਿਆ ਉਹ ਪਿੰਡੋਂ ਨਿਕਲੇ ਬਾਦਸ਼ਾਹ ਪੈਂਦੀ ਸੀ ਰਸਤਾ ਹੈ ਨਹੀਂ ਸੀ ਦਾ ਟੁੱਟ ਕੇ ਵਾਈ ਦੇ ਬੀਂਦੀ ਫਸਦਾ ਵੀਦੀ ਲਗ ਗੱਡੇ ਲਗੇ ਨਾ ਤੂੰ ਵੀ ਸੱਕ ਜਰਦਾ ਤੇ ਸਮਾਂ ਮੈਂ ਵੀ ਸੱਕਦਾ ਗਰੀਬ ਉਹਦੀ ਕਮੀਆਂ ਕਾਰੀਆਂ ਲੈ ਬੇਡਾਂ ਦੇ ਸਮਾਂ ਸਟਿਆ ਅਜਾ ਤੇ ਪਿੱਛੋਂ ਸੇਖਾ ਗਿਆ ਉਹ ਠੱਗੇ ਛੱਡ ਕੇ ਭੱਜ ਆਏ ਉਹ ਗੱਡਾ ਗਿਆ ਲੁੱਟਿਆ ਉਤੋਂ ਮੇਰੇ ਬਾਪ ਨੇ ਗੱਡਾ ਖਾਲਾ ਕਰ ਲਿਆ ਆਪਦੇ ਵੱਡੇ ਪੁੱਤ ਨੂੰ ਨਾਲ ਭਤੀਜੇ ਨੂੰ ਲੈ ਲਿਆ ਨਾਲ ਤੇ ਡਾਂਗਾ ਫਾੜੀਆਂ ਤੁਰ ਗਏ ਉਹਨਾਂ ਨੂੰ ਲੈਣ ਵਾਸਤੇ ਉਹ ਨੇੜੇ ਆਉਂਦੇ ਸੀ ਉਹਨਾਂ ਨੂੰ ਅਗੋਂ ਆਵਾਜ਼ ਦਿੱਤੀ ਚਲੋ ਅਸੀਂ ਤੁਰਿਆ ਉਹ ਠੱਗੇ ਛੱਡ ਕੇ ਲਈ ਆਏ ਉਹ ਲੁੱਟਿਆ ਗਿਆ ਉਹਨਾਂ ਦਾ ਗੱਡਾ ਉੱਥੇ ਹੀ ਅੱਛਾ ਤੇ ਉੱਗਾ ਕੇ ਮੁੜ ਕੇ ਗੱਡਾ ਸੀ ਪਿੰਡ ਦੇ ਵਿੱਚੋਂ ਆਪਦੇ ਪਿੰਜੋਂ ਫਰੋਜ ਪੋਦੇ ਵਿੱਚ ਅਸੀਂ ਵੀ ਲੇਟ ਹੀ ਲੰਗੇ ਆ ਲੇਕਿਨ ਕੁਦਰਤ ਦਾ ਦਿਲ ਦਾ ਬੰਦਾ ਦਲੇਸ ਸੀ ਤੇ ਜਿੰਨੇ ਵੀ ਬੰਦੇ ਸੀ ਤੇ ਸਾਰਿਆਂ ਦੇ ਬੰਦੇ ਨੇ ਸੱਟਾਂ ਲਗੀਆਂ ਤੇਰੇ ਵੀ ਲੱਗੀ ਆ ਉਹਦੇ ਵੀ ਲੱਗੀ ਆ ਉਹਦੇ ਵੀ ਲੱਗੀ ਆ ਤਾਂ ਜਿਹੜੇ ਕਿ ਜੱਗ ਗੱਡੇ ਦੇ ਬੈਠੇ ਸੀ ਨਾ ਬੰਦੇ ਜਿਹੜਾ ਹੱਕ ਦੇ ਇਸ ਗੱਡੇ ਨੂੰ ਉਹਨਾਂ ਦੀ ਸੱਟਾਂ ਜ਼ਿਆਦਾ ਲਗੀਆਂ